ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚ ਚੁੱਕੇ ਹਾਂ ਸਰਹੰਦ, ਜੋ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ, ਜਿਹਦੀ ਹਿਸਟਰੀ ਬਹੁਤ ਹੀ ਜ਼ਿਆਦਾ ਫੇਮਸ ਹੈ। ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਸੂਬਾ ਸਰਹੰਦ ਵਜ਼ੀਰ ਖਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ। ਵਜ਼ੀਰ ਖਾਂ ਇੱਥੋਂ ਦਾ ਉਸ ਟਾਈਮ ਦਾ ਰਾਜਾ ਸੀ, ਗਵਰਨਰ ਸੀ, ਜਿਹਨੂੰ ਸੂਬਾ ਸਰਹੰਦ ਵੀ ਕਿਹਾ ਜਾਂਦਾ ਸੀ, ਜਿਹਦਾ ਜਨਮ 1635 ਈਸਵੀ ਵਿੱਚ ਹੋਇਆ ਅਤੇ ਉਹਦੀ ਮੌਤ 12 ਮਈ 1710 ਈਸਵੀ ਦੇ ਵਿੱਚ ਹੋਈ। ਇਹ ਉਹੀ ਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਨੂੰ ਨੀਹਾਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਅਤੇ ਇੱਥੋਂ ਦੇ ਲੋਕਾਂ ਕੋਲ ਪਤਾ ਚੱਲਿਆ ਕਿ ਇੱਥੇ ਹੀ ਕਚਹਿਰੀ ਲੱਗਦੀ ਸੀ, ਅਤੇ ਜਦੋਂ ਵਜ਼ੀਰ ਖਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੁਸਲਿਮ ਧਰਮ ਅਪਣਾ ਲਓ, ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਸੀ। ਅਤੇ ਇੱਥੇ ਹੀ ਉਹਨਾਂ ਨੂੰ ਜਿੰਦਾ ਨੀਹਾਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ। ਅਜੇ ਵੀ ਉਹ ਨੀਹਾਂ ਨੇ, ਤੁਹਾਨੂੰ ਦਰਸ਼ਨ ਕਰਵਾਵਾਂਗੇ, ਸ਼ਹੀਦੀ ਸਥਾਨ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦਾ, ਇੱਥੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਅੱਜ ਵੀ ਲੋਕ ਦੂਰ ਦੂਰ ਤੋਂ ਦਰਸ਼ਨ ਕਰਨ ਆਉਂਦੇ ਨੇ ਉਹਨਾਂ ਨੀਹਾਂ ਦਾ। ਅਤੇ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀਟ ਰੱਖੀ ਗਈ ਨੇ, ਅਤੇ ਹੁਣ ਸਵੇਰੇ ਸ਼ਾਮ ਸਿਮਰਨ ਪਾਠ ਹੁੰਦਾ। ਜੋ ਤੁਸੀਂ ਦੇਖ ਰਹੇ ਹੋ ਇਹ ਸਾਰਾ ਮੇਨ ਏਰੀਆ, ਅਤੇ ਜਿੱਥੇ ਸਾਹਿਬਜ਼ਾਦੇ ਸ਼ਹੀਦ ਕਰਵਾਏ ਸੀ, ਇੱਥੇ ਨੀਚੇ ਹੀ ਸੂਬੇ ਦੀ ਕਚਹਿਰੀ ਲੱਗਦੀ ਸੀ ਜੀ। ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਠੰਡੇ ਬੁਰਜ ਦੇ। ਠੰਡੇ ਬੁਰਜ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਗਰਮੀਆਂ ਦੇ ਦੌਰਾਨ ਜਿਹੜਾ ਇੱਕ ਟਾਵਰ, ਜਿਹੜਾ ਇੱਕ ਕਮਰਾ ਬਹੁਤ ਹੀ ਜ਼ਿਆਦਾ ਠੰਡਾ ਹੁੰਦਾ, ਪਰ ਜਦੋਂ ਸਰਦੀਆਂ ਆਉਂਦੀਆਂ ਤਾਂ ਉੱਥੇ ਬਹੁਤ ਹੀ ਜ਼ਿਆਦਾ ਠੰਡ ਹੋ ਜਾਂਦੀ ਹੈ ਕਿ ਜਿੱਥੇ ਰਹਿਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ। ਅਤੇ ਇੱਥੇ ਮਾਤਾ ਗੁਜਰੀ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸੀ, ਉਹਨਾਂ ਨੂੰ 3 ਰਾਤਾਂ ਲਈ ਸਰਹੰਦ ਦੇ ਮੁਗਲ ਗਵਰਨਰ ਵਜ਼ੀਰ ਖਾਂ ਦੁਆਰਾ ਹਿਰਾਸਤ ਵਿੱਚ ਲਿਆ ਗਿਆ ਸੀ ਕਿ ਉਹ ਠੰਡ ਨਾਲ ਡਰ ਜਾਣ ਜਾਂ ਠੰਡ ਨਾਲ ਉਹ ਮਰ ਜਾਣ, ਅਤੇ ਉਹ ਆਪਣਾ ਜਿਹੜਾ ਧਰਮ ਸੀ ਉਹ ਬਦਲ ਲੈਣ, ਉਹ ਦੀਨ ਕਬੂਲ ਲੈਣ। ਪਰ ਛੋਟੇ ਸਾਹਿਬਜ਼ਾਦਿਆਂ ਨੇ ਹਾਰ ਨਹੀਂ ਮੰਨੀ, ਫਿਰ ਵੀ ਉਹਨਾਂ ਨੇ ਆਪਣੇ 3 ਦਿਨ ਇੱਥੇ ਕੱਢੇ। ਅਤੇ ਉਸ ਤੋਂ ਬਾਅਦ ਉਹਨਾਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਸੀ, ਜੋ ਤੁਹਾਨੂੰ ਮੈਂ ਅੱਗੇ ਸਾਰਾ ਦੱਸਿਆ ਸੀ। ਅਤੇ ਜੇ ਇਹ ਆਪਾਂ ਠੰਡਾ ਬੁਰਜ ਦੇਖੀਏ, ਤਾਂ ਪੁਰਾਣੇ ਸਮੇਂ ਦੇ ਦੌਰਾਨ ਇਹ ਕਾਫ਼ੀ ਉਚਾਈ 'ਤੇ ਸੀ, ਜਿਹਨੂੰ ਅਸੀਂ ਇੱਕ ਟਾਵਰ ਕਹਿ ਸਕਦੇ ਹਾਂ। ਹੁਣ ਤਾਂ ਇਹ ਥੋੜ੍ਹਾ ਅਪਡੇਟ ਕੀਤਾ ਗਿਆ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤੁਗਲ ਸ਼ਾਹ ਦੁਆਰਾ ਇਹ ਬਣਾਇਆ ਗਿਆ ਸੀ, ਉਹ ਸਾਰਾ ਜਿਹੜਾ ਸੀ ਬਿਲਡਿੰਗ ਢਵਾ ਦਿੱਤੀਆਂ ਸੀ। ਅਤੇ ਇੱਥੇ ਮੈਂ ਕਿਸੇ ਪੁਰਾਣੇ ਬੰਦੇ ਕੋਲ ਪੁੱਛਿਆ ਸੀ, ਉਹ ਕਹਿੰਦੇ ਕਿ 10 ਕੁ ਫੁੱਟ ਸੀ ਠੰਡਾ ਬੁਰਜ, ਪਰ ਸੰਗਤਾਂ ਦੇ ਰਸ਼ ਦੇ ਕਾਰਨ ਇਹਨੂੰ ਫਿਰ ਅਪਡੇਟ ਕੀਤਾ ਗਿਆ, ਇਹ ਸਾਰਾ ਨਵਾਂ ਬਣਾਇਆ ਗਿਆ। ਅਤੇ ਜਿੱਥੇ ਮਹਾਰਾਜ ਦੀ ਬੀਟ ਆ ਉਹ ਮੇਨ ਉਹ ਆ ਠੰਡਾ ਬੁਰਜ, ਅਤੇ ਆਹ ਤੁਹਾਨੂੰ ਇੱਧਰ ਨੂੰ ਵੀ ਦੱਸ ਸਕਦੇ ਹਾਂ। ਇਹ ਹੁਣ ਅਸੀਂ ਆ ਗਏ ਹਾਂ ਲੰਗਰ ਹਾਲ, ਜਦੋਂ ਤੁਸੀਂ ਠੰਡਾ ਬੁਰਜ ਤੋਂ ਹੋ ਕੇ ਦਰਸ਼ਨ ਕਰਕੇ ਤੁਸੀਂ ਲੰਗਰ ਹਾਲ ਜਾਓਗੇ, ਤਾਂ ਇੱਥੇ ਤੁਸੀਂ ਲੰਗਰ ਛਕ ਸਕਦੇ ਹੋ। ਲੰਗਰ ਛਕ ਕੇ ਫਿਰ ਤੁਸੀਂ ਬਾਕੀ ਦੀਆਂ ਜਗ੍ਹਾ ਵੀ ਘੁੰਮ ਸਕਦੇ ਹੋ, ਪਰ ਸਾਡੇ ਆਉਂਦੇ ਆਉਂਦੇ ਇੱਥੇ ਮੌਸਮ ਬਹੁਤ ਹੀ ਜ਼ਿਆਦਾ ਖਰਾਬ ਹੋ ਗਿਆ, ਬਹੁਤ ਹੀ ਹਨੇਰੀ ਚੱਲਦੀ ਪਈ ਹੈ। ਜਦੋਂ ਆਏ ਸੀ ਤਾਂ ਮੌਸਮ ਬਹੁਤ ਵਧੀਆ ਸੀ, ਪਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਜ਼ਿਆਦਾ ਹਨੇਰੀ ਚੱਲਦੀ ਪਈ ਹੈ, ਅਤੇ ਥੋੜ੍ਹੀਆਂ ਥੋੜ੍ਹੀਆਂ ਕਣੀਆਂ ਲੱਗ ਗਈਆਂ। ਅਤੇ ਚਲੋ ਮੌਸਮ ਠੰਡਾ ਹੋ ਗਿਆ, ਗਰਮੀ ਵੀ ਬਹੁਤ ਸੀ। ਅਤੇ ਹੁਣ ਅਸੀਂ ਤੁਹਾਨੂੰ ਅੱਗੇ ਦਰਸ਼ਨ ਕਰਾਵਾਂਗੇ ਮੋਤੀ ਰਾਮ ਮਹਿਰਾ ਦੇ ਗੁਰਦੁਆਰੇ ਦੇ, ਜਿੱਥੇ ਉਹਨਾਂ ਨੇ ਗੁਰੂ ਸਾਹਿਬਾਨਾਂ ਨੂੰ ਮੁਗਲਾਂ ਤੋਂ ਚੋਰੀ ਦੁੱਧ ਪਿਲਾਇਆ ਸੀ। ਆਓ ਤਾਂ ਅਸੀਂ ਤੁਹਾਨੂੰ ਹੁਣ ਉਸੇ ਹੀ ਜਗ੍ਹਾ 'ਤੇ ਲੈ ਕੇ ਚੱਲਾਂਗੇ। ਇਹ ਅਸੀਂ ਕਰ ਲਿਆ ਦਰਸ਼ਨ ਸਰਹੰਦ ਦੇ, ਅਤੇ ਹੁਣ ਅਸੀਂ ਜਾਵਾਂਗੇ ਮੋਤੀ ਰਾਮ ਮਹਿਰਾ ਜੀ ਦੇ ਗੁਰਦੁਆਰੇ, ਜੋ ਕਿ ਇੱਥੋਂ 1 ਕਿਲੋਮੀਟਰ ਹੀ ਹੈ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਅਸੀਂ ਪਹੁੰਚ ਚੁੱਕੇ ਹਾਂ ਸਰਹੰਦ ਗੁਰਦੁਆਰਾ, ਮੋਤੀ ਰਾਮ ਮਹਿਰਾ ਜੀ ਦੇ ਗੁਰਦੁਆਰੇ, ਜਿੱਥੇ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਸੀ। ਉਹ ਗਲਾਸ ਹੈ ਜੀ ਮੰਦਰ ਵੀ ਨੇ, ਤੁਹਾਨੂੰ ਅੰਦਰ ਜਾ ਕੇ ਪੂਰੀ ਹਿਸਟਰੀ ਦੱਸਾਂਗੇ ਅਤੇ ਉਹ ਗਲਾਸਾਂ ਦੇ ਦਰਸ਼ਨ ਕਰਵਾਵਾਂਗੇ। ਅੱਗੇ ਦੀ ਹਿਸਟਰੀ ਤੁਹਾਨੂੰ ਅੰਦਰ ਜਾ ਕੇ ਦੱਸਦੇ ਹਾਂ। ਜਿਹੜੇ ਮੋਤੀ ਰਾਮ ਜੀ ਸੀ, ਇੱਕ ਹਿੰਦੂ ਪਰਿਵਾਰ 'ਚੋਂ ਸੀ, ਉਹਨਾਂ ਦੀ ਮਾਤਾ ਦਾ ਨਾਮ ਭੋਲੀ ਅਤੇ ਪਿਤਾ ਦਾ ਨਾਮ ਹਰੀਆ ਰਾਮ ਸੀ। ਅਤੇ ਜਿਹੜੇ ਉਹਨਾਂ ਦੇ ਚਾਚਾ ਜੀ ਸੀ, ਭਾਈ ਹਿੰਮਤ ਰਾਏ ਜੀ, ਉਹ ਪਹਿਲੇ 5 ਪਿਆਰਿਆਂ ਦੇ ਮੈਂਬਰ ਸੀ। 27 ਦਸੰਬਰ 1704 ਨੂੰ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ, ਅਤੇ ਮਾਤਾ ਗੁਜਰੀ ਨੇ ਵੀ ਸਵਰਗੀ ਨਿਵਾਸ ਛੱਡਣ ਨੂੰ ਫੈਸਲਾ ਕੀਤਾ।
ਅਤੇ ਉਹਨਾਂ ਦੇ ਸੰਸਕਾਰ ਲਈ ਚੰਦਨ ਦੀ ਲੱਕੜੀ ਦਾ ਪ੍ਰਬੰਧ ਕੀਤਾ। ਅਤੇ ਨਵਾਬ ਖਾਂ ਨੂੰ ਕਿਸੇ ਨੇ ਦੱਸਤਾ ਕਿ ਆ ਨੌਕਰ ਨੇ ਕੈਦੀਆਂ ਨੂੰ ਦੁੱਧ ਪਾਣੀ ਦੀ ਸੇਵਾ ਕੀਤੀ ਹੈ। ਅਤੇ ਨਵਾਬ ਖਾਂ ਨੇ ਮੋਤੀ ਰਾਮ ਮਹਿਰਾ ਅਤੇ ਉਸਦੀ ਮਾਤਾ ਪਤਨੀ ਅਤੇ ਪੁੱਤ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਕਰ ਦਿੱਤਾ। ਉਹਨਾਂ ਨੇ ਆਪਣੇ ਕਾਨੂੰਨੀ ਛੁਪਾਇਆ ਅਤੇ ਦਲੇਰੀ ਨਾਲ ਨਵਾਬ ਖਾਂ ਨੂੰ ਕਿਹਾ ਕਿ ਕੈਦ ਕੀਤੇ ਬੱਚੇ ਅਤੇ ਉਹਨਾਂ ਦੀ ਦਾਦੀ ਦੀ ਸੇਵਾ ਕਰਨਾ ਮੇਰਾ ਪਵਿੱਤਰ ਫਰਜ਼ ਹੈ। ਇਸ ਲਈ ਬਾਬਾ ਮੋਤੀ ਰਾਮ ਮਹਿਰਾ ਨੂੰ ਉਹਨਾਂ ਦੇ ਪਰਿਵਾਰ ਸਮੇਤ ਕੋਹਲੂ ਵਿੱਚ ਨਿਚੋੜ ਕੇ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਅਤੇ ਉਹਨਾਂ ਦੀ ਕੁਰਬਾਨੀ ਦਾ ਸਭ ਤੋਂ ਪਹਿਲਾਂ ਉਪਦੇਸ਼ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਸੀ। ਆਹ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਵੀ ਫੋਟੋਜ਼ ਵਗੈਰਾ ਵੀ ਲਗਾਈਆਂ ਹੋਈਆਂ ਨੇ ਕਿ ਜਿੱਥੋਂ ਇਤਿਹਾਸ ਦਾ ਪਤਾ ਚੱਲ ਸਕੇ। ਆ ਉਹ ਵਾਲੀ ਫੋਟੋ ਹੈ ਕਿ ਜਿੱਥੇ ਉਹ ਦੁੱਧ ਪਿਲਾਉਂਦੇ ਦੁੱਧ ਦੀ ਸੇਵਾ ਕਰਦੇ ਪਏ ਨੇ ਛੋਟੇ ਸਾਹਿਬਜ਼ਾਦੇ ਨੂੰ ਅਤੇ ਮਾਤਾ ਗੁਜਰੀ ਜੀ ਨੂੰ। ਅਤੇ ਤੁਸੀਂ ਇਸ ਸਾਈਡ ਦੇਖੋਗੇ ਤਾਂ ਇੱਥੇ ਉਹ ਆ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਦੁੱਧ ਦੀ ਸੇਵਾ ਦਿੰਦੇ ਪਏ ਨੇ। ਅਤੇ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਉਹ ਗਿਲਾਸਾਂ ਦੀ, ਜਿਹੜੇ ਗਿਲਾਸਾਂ ਦੁਆਰਾ ਉਹ ਦੁੱਧ ਲੈ ਕੇ ਠੰਡਾ ਬੁਰਜ ਜਾਂਦੇ ਸੀ, ਠੰਡੇ ਬੁਰਜ ਦੇ ਵਿੱਚ ਜਾ ਕੇ ਉਹਨਾਂ ਨੂੰ ਦੁੱਧ ਦੀ ਸੇਵਾ ਕਰਦੇ ਸੀ। ਇਹ ਪਵਿੱਤਰ ਗਿਲਾਸ ਬਹੁਤ ਹੀ ਸਾਂਭ ਕੇ ਰੱਖੇ ਹੋਏ ਨੇ ਗੁਰਦੁਆਰਾ ਕਮੇਟੀ ਦੁਆਰਾ। ਅਤੇ ਜਦੋਂ ਇਹਨਾਂ ਨੂੰ ਦੇਖਦੇ ਹਾਂ ਤਾਂ ਮਨ ਨੂੰ ਬਹੁਤ ਹੀ ਜ਼ਿਆਦਾ ਪ੍ਰਸੰਨਤਾ ਹੁੰਦੀ ਹੈ ਕਿ ਦਿਲ ਕਰਦਾ ਕਿ ਦੇਖਦੇ ਰਹੀਏ ਇੱਥੋਂ ਨਾ ਹੀ ਜਾਈਏ। ਅਤੇ ਆਹ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਕਿ ਗਿਲਾਸਾਂ ਬਾਰੇ ਪੂਰਾ ਦੱਸਿਆ ਹੈ ਕਿ ਇਹ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਤਿੰਨ ਰਾਤਾਂ ਠੰਡੇ ਬੁਰਜ ਵਿੱਚ ਧੰਨ ਧੰਨ, ਇਹ ਪੂਰਾ ਵਗੈਰਾ ਦੱਸਿਆ ਹੋਇਆ। ਅਤੇ ਆਹ ਉਹ ਫੋਟੋ ਹੈ, ਇਹ ਉਸ ਟਾਈਮ ਦਾ ਦ੍ਰਿਸ਼ ਯਾਦ ਕਰਵਾਉਂਦੇ ਕਿ ਜਦੋਂ ਉਹਨਾਂ ਦੇ ਬੱਚਿਆਂ ਨੂੰ ਅਤੇ ਉਹਨਾਂ ਨੂੰ ਕੋਹਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ ਕਿ ਕੋਈ ਹੋਰ ਸਿੱਖਾਂ ਨੂੰ ਇੱਦਾਂ ਦੁੱਧ ਨਾ ਪਿਲਾਏ ਅਤੇ ਉਹਨਾਂ ਦੀ ਸੇਵਾ ਨਾ ਕਰੇ, ਕਿਉਂਕਿ ਉਸ ਟਾਈਮ ਉਹ ਮਨਾਂ ਦੇ ਵਿੱਚ ਖੌਫ ਭਰਦੇ ਸੀ ਇੱਦਾਂ ਦੀਆਂ ਸਜ਼ਾਵਾਂ ਦੇ ਕੇ ਕਿ ਹੋਰ ਕੋਈ ਹਿੰਮਤ ਨਾ ਕਰ ਸਕੇ। ਪਰ ਗੁਰੂ ਦੇ ਪਿਆਰੇ ਕਿਤੇ ਹਟਦੇ ਆ, ਜੋ ਉਹਨਾਂ ਦੇ ਹਿੱਸੇ ਸੇਵਾ ਆਈ ਉਹਨਾਂ ਨੇ ਕੀਤੀ। ਅਤੇ ਆ ਬਾਬਾ ਮੋਤੀ ਰਾਮ ਜੀ ਮਹਿਰਾ ਜੀ ਦਾ ਗੁਰਦੁਆਰਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਪਹੁੰਚ ਚੁੱਕੇ ਹਾਂ ਜੋਤੀ ਸਰੂਪ ਗੁਰਦੁਆਰਾ ਸਾਹਿਬ, ਜਿੱਥੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਸੀ, ਜਿੱਥੇ ਟੋਡਰ ਮੱਲ ਨੇ ਮੋਹਰਾਂ ਵਿਛਾ ਦਿੱਤੀਆਂ ਸੀ ਅਤੇ ਉਹਨਾਂ ਨੇ ਜਗ੍ਹਾ ਮੁੱਲ ਲਈ ਸੀ, ਕਿਉਂਕਿ ਜਦੋਂ ਉਹਨਾਂ ਨੂੰ ਨੀਹਾਂ ਵਿੱਚ ਚਿਣਵਾਇਆ ਗਿਆ ਸੀ ਜਦੋਂ ਸ਼ਹੀਦ ਹੋ ਗਏ ਸੀ ਤਾਂ ਉਹਨਾਂ ਨੂੰ ਨਹਿਰ ਦੇ ਕਿਨਾਰੇ ਸੁੱਟ ਦਿੱਤਾ ਸੀ। ਅਤੇ ਮੁਗਲਾਂ ਨੇ ਕਿਹਾ ਸੀ ਕਿ ਕੋਈ ਵੀ ਇਹਨਾਂ ਦਾ ਸੰਸਕਾਰ ਨਹੀਂ ਕਰੇਗਾ। ਅਤੇ ਜੇ ਕਿਸੇ ਟੋਡਰਮੱਲ ਜੀ ਨੇ ਪੁੱਛਿਆ ਸੀ ਕਿ ਜੇ ਕਰਨਾ ਹੋਵੇ ਤਾਂ ਉਹਨਾਂ ਨੇ ਕਿਹਾ ਕਿ ਜਗ੍ਹਾ ਮੁੱਲ ਲੈਣੀ ਪਊਗੀ। ਫਿਰ ਉਹਨਾਂ ਨੇ ਮੋਹਰਾਂ ਵਿਛਾ ਕੇ ਜਗ੍ਹਾ ਮੁੱਲ ਲਈ ਸੀ ਅਤੇ ਇਸ ਗੁਰਦੁਆਰੇ ਉਹਨਾਂ ਦਾ ਸੰਸਕਾਰ ਹੋਇਆ ਸੀ। ਅਤੇ ਇਹ ਤੁਸੀਂ ਦੇਖ ਸਕਦੇ ਹੋ ਪੂਰਾ ਅੰਦਰ ਦਾ ਦ੍ਰਿਸ਼। ਇਹ ਜਦੋਂ ਆਪਾਂ ਸਰੋਵਰ ਵੱਲ ਨੂੰ ਜਾਈਏ ਤਾਂ ਬਹੁਤ ਹੀ ਵਧੀਆ ਵਿਊ ਹੈ ਅਤੇ ਮੱਛੀਆਂ ਵਗੈਰਾ ਵੀ ਇੱਥੇ ਪਾਈਆਂ ਗਈਆਂ ਨੇ ਜੋ ਕਿ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ ਅਤੇ ਉਹ ਮੱਛੀਆਂ ਨੂੰ ਚਾਰਾ ਖਿਲਾਉਂਦੀਆਂ ਨੇ। ਅਤੇ ਬਹੁਤ ਹੀ ਵਧੀਆ ਜਗ੍ਹਾ ਹੈ ਜੋ ਕਿ ਮਨ ਨੂੰ ਬਹੁਤ ਹੀ ਜ਼ਿਆਦਾ ਸ਼ਾਂਤੀ ਮਿਲਦੀ ਹੈ। ਅਤੇ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਬਾਹਰ ਦਾ ਵਿਊ, ਕਿਉਂਕਿ ਆਪਾਂ ਮੱਥਾ ਟੇਕ ਲਿਆ ਅਤੇ ਹੁਣ ਅਸੀਂ ਜਾ ਰਹੇ ਹਾਂ ਬਾਹਰ ਨੂੰ। ਅਤੇ ਜੇ ਤੁਸੀਂ ਬਾਹਰ ਵੀ ਦੇਖੋ ਤਾਂ ਕਾਫੀ ਡਿਵੈਲਪ ਕੀਤਾ ਗਿਆ ਹੈ ਗੁਰਦੁਆਰਾ ਸਾਹਿਬ ਵੀ। ਅਤੇ ਜੋ ਸੰਗਤਾਂ ਪਹਿਲਾਂ ਸਰਹੰਦ ਜਾਂਦੀਆਂ ਨੇ ਸਰਹੰਦ ਤੋਂ ਦਰਸ਼ਨ ਕਰਕੇ ਫਿਰ ਮੋਤੀ ਰਾਮ ਮਹਿਰਾ ਜੀ ਦੇ ਗੁਰਦੁਆਰੇ ਜਾਂਦੇ ਨੇ, ਫਿਰ ਦੀਵਾਨ ਟੋਡਰਮੱਲ ਦੀ ਹਵੇਲੀ ਵੀ ਦੇਖਦੇ ਨੇ। ਉਹ ਇਸ ਵਲੋਗ ਵਿੱਚ ਅਸੀਂ ਨਹੀਂ ਲਈ, ਮੌਸਮ ਖਰਾਬ ਕਰਕੇ ਆਪਾਂ ਨਹੀਂ ਬਣਾ ਸਕੇ, ਅਤੇ ਤੁਹਾਨੂੰ ਅਗਲੀਆਂ ਵੀਡੀਓ ਵਿੱਚ ਆਪਾਂ ਜ਼ਰੂਰ ਦੱਸਾਂਗੇ।